ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਜਿਹੜੀ ਇਹ ਵੀਡੀਓ ਮੈਂ ਸੈਕੰਡ ਵੀਡੀਓ ਲੈ ਕੇ ਆਇਆ ਜੀ ਬ੍ਰਿਟਿਸ਼ ਕੋਲੰਬੀਆ ਚ ਕਲਾਸ 5 ਜਾਂ ਕਲਾਸ 7 ਦਾ ਜਿਹੜਾ ਡਰਾਈਵਿੰਗ ਲਾਇਸੈਂਸ ਹੈ ਉਹਦੇ ਨੌਲੇਜ ਟੈਸਟ ਜਿਹੜਾ ਹੈ ਤੁਸੀਂ ਕਿਵੇਂ ਉਹਦੀ ਤਿਆਰੀ ਕਰਨੀ ਹੈ ਲਾਸਟ ਵੀਡੀਓ ਚ ਮੈਂ ਦੱਸਿਆ ਸੀ ਕਿ ਤੁਸੀਂ ਉਹ ਬੁੱਕ ਕਿਵੇਂ ਕਰਨਾ ਹੈ ਅ ਔਰ ਇਸ ਵੀਡੀਓ ਚ ਜਸਟ ਇੱਕ ਹਫ਼ਤੇ ਦੇ ਅੰਦਰ ਜਿਹੜਾ ਹੈਗਾ ਤੁਸੀਂ ਇਹ ਵੀ ਤੁਸੀਂ ਜਿਹੜਾ ਕਲਾਸ 5 ਦਾ 7 ਦਾ ਨੌਲੇਜ ਟੈਸਟ ਦਾ ਹੈ ਉਹਦੀ ਤਿਆਰੀ ਕਰਕੇ ਤੁਸੀਂ ਉਹ ਟੈਸਟ ਕਲੀਅਰ ਕਰ ਸਕਦੇ ਹੋ ਠੀਕ ਹੈ ਜੀ ਉਹਦੇ ਲਈ ਅ ਤੁਸੀਂ ਤਿਆਰੀ ਕਿਵੇਂ ਕਰਨੀ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਨੀਅਰ ਬਾਏ ICBC ਆਫਿਸ ਜਾਣਾ ਜੀ ਉੱਥੋਂ ਤੁਸੀਂ ਉਹਨਾਂ ਤੋਂ ਇੱਕ ਬੁੱਕ ਮਿਲਦੀ ਹੈ ਉਹ ਬੁੱਕ ਤੁਸੀਂ ਕਹਿਣਾ ਕਿ ਮੈਨੂੰ ਨੌਲੇਜ ਟੈਸਟ ਦੀ ਪ੍ਰੈਪਰੇਸ਼ਨ ਲਈ ਬੁੱਕ ਦੇ ਦਿਓ ਠੀਕ ਹੈ ਜੀ ਉਥੋਂ ਬੁੱਕ ਦੇ ਦੇਣੇ ਉਹਦੇ 'ਚ ਤੁਸੀਂ ਤੁਸੀਂ ਜਿਹੜੇ ਸਾਈਨ ਐ ਉਹ ਸਾਰੇ ਗੋ ਥਰੂ ਕਰਨੇ ਆ ਧਿਆਨ ਨਾਲ ਪੜ੍ਹਨੇ ਆ ਜੀ ਸਾਰੇ ਸਾਈਨ ਧਿਆਨ ਨਾਲ ਪੜ੍ਹ ਲੈਣੇ ਆ ਜਿਹੜੇ ਸਾਰੇ ਲੈਸਨ ਐ ਉਹ ਤੁਸੀਂ ਹਲਕੇ ਹਲਕੇ ਪੜ੍ਹ ਲੈਣੇ ਆ ਦੇਖ ਲੈਣਾ ਵੀ ਕੀ ਹੈ ਕੀ ਦਿੱਤਾ ਹੋਇਆ ਕਿਹੜੀਆਂ ਗੱਲਾਂ ਦਾ ਆਪਾਂ ਨੇ ਧਿਆਨ ਰੱਖਣਾ ਠੀਕ ਹੈ ਜੀ ਉਹ ਗੋ ਥਰੂ ਕਰ ਲੈਣਾ ਉਸ ਤੋਂ ਬਾਅਦ ਜਿਹੜਾ ਹੈਗਾ 50 ਕੁਐਸਚਨਾਂ ਦਾ ਹੁੰਦਾ ਜੀ 50 ਕੁਐਸਚਨ ਹੁੰਦੇ ਆ ਉਹਦੇ ਚੋਂ 40 ਸਹੀ ਹੋਣੇ ਚਾਹੀਦੇ ਆ ਸੋ ਉਹਦੇ ਲਈ ਤੁਸੀਂ 40 ਕੁਐਸਚਨ ਉਹ ਤੁਸੀਂ ਤਿਆਰੀ ਕਿਵੇਂ ਕਰਨੀ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਆਈਸੀਬੀਸੀਡੀ ਵੈਬਸਾਈਟ ਖੋਲ੍ਹਣੀ ਹੈ ਜੀ ਤੇ ਪ੍ਰੈਕਟਿਸ ਨੌਲੇਜ ਟੈਸਟ ਦੀ অপਸ਼ਨ ਆਉਂਦੀ ਹੈ ਉੱਤੇ ਕਲਿੱਕ ਕਰਨਾ ਉੱਤੇ ਕਲਿੱਕ ਕਰਕੇ ਤੁਸੀਂ ਜਿਹੜਾ ਹੈਗਾ ਜੀ ਸਭ ਤੋਂ ਪਹਿਲਾਂ ਸਾਈਨ ਦਾ ਟੈਸਟ ਆਉਂਦਾ ਹੈ ਸਾਇੰਸ ਦਾ ਟੈਸਟ ਦੀ ਤਿਆਰੀ ਕਰਨੀ ਹੈ ਟੈਸਟ ਦੇਣਾ ਜੀ ਤੁਸੀਂ ਮਾਰਕ ਕਰੀ ਜਾਣੇ ਆ ਜੇ ਤੁਹਾਡਾ ਕੋਈ ਵੀ ਕੁਐਸਚਨ ਜਿਹੜਾ ਹੈਗਾ ਗਲਤ ਹੁੰਦਾ ਹੈ ਤਾਂ ਤੁਸੀਂ ਉਸ ਸਾਇੰਸ ਦਾ ਦੇਖਣਾ ਕਿ ਸਹੀ ਆਨਸਰ ਕੀ ਆ ਉਹਨੂੰ ਉਹਨੂੰ ਆਪਣੇ ਦਿਮਾਗ 'ਚ ਬਿਠਾ ਲੈਣਾ ਜੀ 25 ਨੰਬਰ ਦਾ ਟੈਸਟ ਹੁੰਦਾ ਹੈ ਫਿਰ ਉਹਨੂੰ ਰਿਪੀਟ ਕਰਨਾ ਹੈ ਫਿਰ ਉਹਨੂੰ ਯਾਦ ਰੱਖਣਾ ਕਿ ਇਹਦਾ ਇਹ ਨਹੀਂ ਸੀ ਇਹ ਆਨਸਰ ਸੀਗਾ ਫਿਰ ਉਹਨੂੰ ਦੁਬਾਰਾ ਤੋਂ ਦੇਣਾ ਹੈ 25 25 ਨੰਬਰ ਦਾ ਜੀ 5 ਮਿੰਟਾਂ 'ਚ ਹੋ ਜਾਂਦਾ ਉਹ ਫਿਰ ਉਹਨੂੰ ਰਿਪੀਟ ਕਰਨਾ ਹੈ ਠੀਕ ਹੈ ਜੀ ਐਦਾਂ ਹੀ ਜੇ ਪਹਿਲਾਂ ਤੁਹਾਡੇ ਮੰਨ ਲਓ 5-10 ਕੁਐਸਚਨ ਕਰ ਦੋਏ ਠੀਕ ਹੈ ਫਿਰ ਉਹ ਅਗਲੀ ਵਾਰ 5 ਰਹਿ ਜਾਣੇ ਆ ਫਿਰ 3 ਫਿਰ ਇੱਕ ਫਿਰ 2 ਐਦਾਂ ਹੀ ਜਦੋਂ ਤੁਹਾਡੇ 25 'ਚੋਂ 25 ਸਹੀ ਹੋਣ ਲੱਗ ਗਏ ਠੀਕ ਹੈ ਜੀ ਫਿਰ ਤੁਸੀਂ ਫੁੱਲ ਟੈਸਟ ਵੀ ਫੁੱਲ ਟੈਸਟ ਕਰਨਾ ਜੀ ਐਦਾਂ ਹੀ ਠੀਕ ਹੈ ਜੀ ਮਤਲਬ ਅਨਸਰ ਜੇ ਗਲਤ ਹੁੰਦਾ ਤਾਂ ਉਹਦਾ ਸਹੀ ਅਨਸਰ ਨੂੰ ਯਾਦ ਕਰ ਲੈਣਾ ਵੀ ਇਹਦਾ ਸਹੀ ਅਨਸਰ ਇਹੀ ਹੈ ਉਹੀ ਰਿਪੀਟ ਹੁੰਦੇ ਆ ਜੀ 200-2200 ਕੁਐਸਚਨ ਆ ਉਹ ਰਿਪੀਟ ਹੁੰਦਾ ਰਹਿੰਦਾ ਹੈ ਠੀਕ ਹੈ ਜੀ ਤੁਸੀਂ ਯਾਦ ਰੱਖਣਾ ਜੇ ਗਲਤ ਵੀ ਹੋਗਾ ਤਾਂ ਦਾ ਸਹੀ ਆਨਸਰ ਉੱਥੇ ਉਸੇ ਟਾਈਮ ਸ਼ੋ ਹੋ ਜਾਂਦਾ ਹੈ ਸਹੀ ਆਨਸਰ ਨੂੰ ਯਾਦ ਕਰ ਲੈਣਾ ਵੀ ਇਹ ਤਾਂ ਏ ਆਨਸਰ ਏ ਆਨਸਰ ਨਹੀਂ ਸੀਗਾ ਇਹੇ ਸਹੀ ਆਨਸਰ ਹੈ ਠੀਕ ਹੈ ਜੀ ਇਹ ਇਹ ਤੁਸੀਂ ਕਰਨਾ icbc.com ਤੇ ਜਾ ਕੇ ਜਿਹੜੀ ਆਫੀਸ਼ੀਅਲ ਵੈਬਸਾਈਟ ਆਈਸੀਬੀਸੀ ਦੀ ਉੱਤੇ ਜਾ ਕੇ ਤੁਸੀਂ ਪ੍ਰੈਕਟਿਸ ਟੈਸਟ ਦੇਣੇ ਆ ਫੁੱਲ ਔਰ ਸਾਈਨ ਵਾਲੇ ਦੋਨੋਂ ਜਦੋਂ ਤੱਕ ਤੁਹਾਡੇ 25 ਚੋਂ 25 ਸਹੀ ਹੋਣ ਲੱਗ ਜਾਂਦੇ ਜੀ ਫਿਰ ਤੁਸੀਂ ਬਿਲਕੁਲ ਤਿਆਰ ਹੋ ਤੁਸੀਂ ਜਿਹੜਾ ਹੈਗਾ ਇਹ ਆਪਣਾ ਜਿਹੜਾ ਨੌਲੇਜ ਟੈਸਟ ਆ ਉਹ ਬੁੱਕ ਕਰਕੇ ਦੇ ਸਕਦੇ ਹੋ ਨੌਲੇਜ ਟੈਸਟ ਬੁੱਕ ਤੁਸੀਂ ਇੱਕ ਦਿਨ ਪਹਿਲਾਂ ਕਰ ਲਓ ਅਗਲੇ ਦਿਨ ਤੁਸੀਂ ਜਾ ਕੇ ਦੇ ਸਕਦੇ ਹੋ ਠੀਕ ਹੈ ਜੀ ਇਹਦੇ ਨਾਲ ਹੀ ਤੁਹਾਨੂੰ ਮੈਂ ਇੱਕ ਮੋਬਾਈਲ ਐਪਲੀਕੇਸ਼ਨ ਦਾ ਵੀ ਦੱਸਣਾ ਚਾਹਣਾ ਹੈ ਇੱਕ ਅਰਵ A A R A V ਡਰਾਈਵਿੰਗ ਸਕੂਲ ਆਪਣੇ ਪਲੇ ਸਟੋਰ 'ਚ ਜਾ ਕੇ ਤੁਸੀਂ ਸਰਚ ਕਰਨਾ ਅਰਵ ਡਰਾਈਵਿੰਗ ਸਕੂਲ JD mobile ਤੇ ਐਪਲੀਕੇਸ਼ਨ ਆਉਗੀ ਮੈਂ ਇਹਦੀ ਜਿਹੜੇ ਹੈਗੇ ਆ ਜੀ ਸਾਈਨ ਵੀ ਲਗਾ ਦਾਂਗਾ ਕਰੂੰਗੇ ਤੁਹਾਨੂੰ ਐਪਲੀਕੇਸ਼ਨ ਸ਼ੋ ਹੋ ਜੂਗੀ ਤੁਸੀਂ ਇਹ ਇੰਸਟਾਲ ਕਰ ਲੈਣੀ ਐ ਇਹਦੇ ਚ ਘੱਟੋ ਘੱਟ 250 ਤੋਂ 300 ਕੁਐਸਚਨ ਹੈਗਾ ਏ ਠੀਕ ਹੈ ਜੀ 10-12 ਟੈਸਟ ਹੈ ਉਹ ਤੁਸੀਂ ਸਾਰੇ ਕਰਨੇ ਆ ਠੀਕ ਆ ਉਦੋਂ ਤੱਕ ਰਿਪੀਟ ਚ ਕਰੀ ਜਾਣੇ ਜਦੋਂ ਤੱਕ ਤੁਹਾਡੇ ਸਾਰੇ ਹੀ ਸਹੀ ਨਹੀਂ ਹੋਣ ਲੱਗ ਜਾਂਦੇ ਰਿਪੀਟ ਚ ਹੁੰਦੇ ਹੈ ਕੁਐਸਚਨ 500 ਹੈ ਪਰ ਉਹ ਰਿਪੀਟ ਚ ਇੱਕ ਨੂੰ ਕੁਐਸਚਨ ਨੂੰ ਦੁਬਾਰਾ ਦੁਬਾਰਾ ਉਹਨਾਂ ਨੇ ਦਿੱਤਾ ਹੋਇਆ ਹੈ ਮੇਨਲੀ 3 ਕੁ ਸੋਈ ਕੁਐਸਚਨ ਹੈ 230 ਉਹਨਾਂ ਨੂੰ ਤੁਸੀਂ ਰਿਪੀਟ ਬਾਰ-ਬਾਰ ਕਰੀ ਜਾਣਾ ਹੈ ਦਿੱਲੀ ਤੇ ਮੰਨ ਲਓ ਤੁਸੀਂ 10 ਕ ਵਾਰ ICBC ਤੇ ਟੈਸਟ ਕਰ ਲੈਣੇ ਆ 25 25 ਨੰਬਰ ਵਾਲੇ ਠੀਕ ਹੈ ਜੀ ਦੋ ਕੇ ਕਰ ਲੈਣੇ ਦੋ ਤਿੰਨ ਦਿਨ ਚ ਐਦਾਂ ਹੀ ਅਗਲੇ ਦਿਨ ਫੇਰ ਇਹਨਾਂ ਨੂੰ ਰਿਪੀਟ ਕਰਨਾ ਹੈ ਇੱਕ ਵਾਰ ਸਾਰੇ ਟੈਸਟ ਕਰ ਲੈਣੇ ਆ ICBC ਦੀ ਵੈਬਸਾਈਟ ਦੀ ਅਫੀਸ਼ੀਅਲ ਵੈਬਸਾਈਟ ਤੇ ਟੈਸਟ ਕਰ ਲੈਣੇ ਆ ਪ੍ਰੈਕਟਿਸ ਟੈਸਟ ਤੁਸੀਂ ਜਦੋਂ ਸਾਰੇ ਤੁਹਾਡੇ ਸਹੀ ਹੋਣ ਲੱਗੇ ਕੀ ਟੈਸਟ ਬੁੱਕ ਕਰਨਾ ਅਗਲੇ ਦਿਨ ਜਾ ਕੇ ਦੇ ਆਣਾ ਠੀਕ ਹੈ ਜੀ ਟੈਸਟ ਕੋਸ਼ਿਸ਼ ਕਰਨੀ ਹੈ ਕਿ 12 ਵਜੇ ਤੋਂ ਬਾਅਦ ਬੁੱਕ ਕਰਿਓ ਠੀਕ ਹੈ ਜੀ ਤੁਸੀਂ ਜਿਆਦਾ ਕੋਈ ਲੰਬਾ ਚੌੜਾ ਇਹਨੂੰ ਖਿੱਚਣ ਦੀ ਜ਼ਰੂਰਤ ਨਹੀਂ ਹੈਗੀ ਮੋਬਾਈਲ ਐਪਲੀਕੇਸ਼ਨ ਜਿਆਦਾ ਮਟੀਰੀਅਲ ਦੀ ਲੋੜ ਨਹੀਂ ਹੈ ਕਿ ICBC ਦੀ ਵੈਬਸਾਈਟ ਤੇ ਪ੍ਰੈਕਟਿਸ ਟੈਸਟ ਇੱਕ ਬੁੱਕ ਹਲਕਾ ਜਿਹਾ ਗੋ ਥਰੂ ਕਰਨੀ ਹੈ ਮੈਂ ਸਾਈਨ ਅਪ ਜ਼ਰੂਰ ਪੜ ਲੈਣੇ ਤਾਂ ਨਾਲ ਹੈ ਨਾ ਜੀ ਥੋੜੇ ਜਿਆਦਾ ਹੋ ਜਾਣਗੇ ਜਦੋਂ ਤੁਸੀਂ ਟੈਸਟ ਕਰੋਗੇ ਤੁਹਾਡੇ ਯਾਦ ਹੋ ਜਾਣੀ ਆ ਬਹੁਤ ਇੰਟਰਸਟਿੰਗ ਆ ਬਹੁਤ ਵਧੀਆ ਲੱਗਦਾ ਕਰਕੇ ਤੀਜੀ ਹੈਗੀ ਮੋਬਾਈਲ ਐਪਲੀਕੇਸ਼ਨ ਠੀਕ ਹੈ ਜੀ ਮੈਂ ਵੀ ਇਦਾਂ ਹੀ ਤਿਆਰੀ ਕਰੀ ਸੀਗੀ ਮੈਂ ਪਹਿਲੀ ਵਾਰ ਮੈਂ ਪਹਿਲੀ ਵਾਰ ਮੈਂ 5 ਨੰਬਰਾਂ ਤੋਂ ਰਹਿ ਗਿਆ ਸੀਗਾ ਦੂਜੀ ਵਾਰ ਫਿਰ ਮੈਂ ਮੋਬਾਈਲ ਐਪਲੀਕੇਸ਼ਨ ਦੀ ਨਾਲ ਜੋੜ ਕੇ ਤਿਆਰੀ કરી ਤਾਂ ਮੇਰਾ ਜਿਹੜਾ ਹੈਗਾ ਸੀ ਇਹ ਟੈਸਟ ਪਾਸ ਹੋ ਗਿਆ ਸੀ ਠੀਕ ਹੈ ਜੀ ਉਮੀਦ ਕਰਦਾ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਠੀਕ ਹੈ ਜੀ ਮੇਰੀ ਵੀਡੀਓ ਨੂੰ ਲਾਈਕ ਕਰ ਦਿਓ ਹੋਰਾਂ ਨਾਲ ਜਿਹੜੇ ਨੌਲੇਜ ਚੈਸਟ ਦੀ ਤਿਆਰੀ ਕਰੀ ਹੋਣਾ ਨਾਲ ਸ਼ੇਅਰ ਕਰ ਦਿਓ ਤੇ ਐਦਾਂ ਦੀਆਂ ਹੋਰ ਜਾਣ ਚੰਗੀਆਂ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ